ਤੁਸੀਂ ਵੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਸੁੱਖ ਪੱਟੀ ਵਾਲ ਲੈ ਕੇ ਹਾਜ਼ਰ ਹੋਏ ਹਾਂ ਦੇਸ਼ ਵਿਦੇਸ਼ ਦੀ ਜਾਣਕਾਰੀ ਤੁਹਾਡੇ ਰੂਬਰੂ ਕਰਦੀਆਂ ਖਬਰਾਂ। ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਮੈਨਿੰਗ ਮਾਮਲੇ 'ਚ ਛਾਪੇਮਾਰੀ ਕਰ ਕਸੂਤੇ ਘਿਰੇ ਸੁਖਬੀਰ ਬਾਦਲ, ਦਰਜ ਹੋਈ FIR। ਆਪਣੇ ਤੇ ਦਰਜ ਹੋਈ FIR ਤੋਂ ਭੜਕੇ ਸੁਖਬੀਰ ਬਾਦਲ ਨੇ ਲਲਕਾਰੇ ਕੈਪਟਨ ਸਾਹਿਬ, ਕਿਹਾ ਕਰਕੇ ਦਿਖਾਓ ਗ੍ਰਿਫਤਾਰ। ਨਵਜੋਤ ਸਿੱਧੂ ਮਾਮਲੇ 'ਚ ਕਾਂਗਰਸ ਹਾਈ ਕਮਾਨ ਨੇ ਦਿੱਤੇ ਵੱਡੇ ਸੰਕੇਤ, ਸਿੱਧੂ ਨੂੰ ਦਿੱਤੀ ਜਾ ਸਕਦੀ ਆ ਸੂਬਾ ਪ੍ਰਧਾਨਗੀ। ਨਵਜੋਤ ਸਿੱਧੂ ਨੇ ਮੁੜ ਕੈਪਟਨ ਖਿਲਾਫ ਖੋਲ੍ਹਿਆ ਟਵੀਟ ਮੋਰਚਾ, ਬਿਜਲੀ ਦੇ ਮਾਮਲੇ ਨੂੰ ਲੈ ਕੀਤੇ ਇਕੱਠੇ 9 ਟਵੀਟ। ਬਿਜਲੀ ਦੀ ਘਾਟ ਮਾਮਲੇ 'ਚ ਭਗਵੰਤ ਮਾਨ ਹੋਏ ਗਰਮ, ਸਿਸਵਾ ਫਾਰਮ ਦੇ ਘਿਰਾਓ ਦਾ ਕੀਤਾ ਐਲਾਨ। ਵਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਤੇ ਕੱਸਿਆ ਤੰਜ, ਨਾਲ ਹੀ ਕੈਪਟਨ ਸਾਹਿਬ ਦੇ ਲੰਚ ਤੇ ਵੀ ਸਾਧਿਆ ਨਿਸ਼ਾਨਾ। ਹੁਣ ਖਬਰਾਂ ਵਿਸਤਾਰ ਨਾਲ। ਅੱਜ ਦੀ ਸਭ ਤੋਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚੱਲ ਰਹੀ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਿਆਸ ਵਿੱਚ FIR ਦਰਜ ਕੀਤੀ ਗਈ ਹੈ। ਠੇਕੇਦਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਸੁਖਬੀਰ ਸਿੰਘ ਬਾਦਲ 'ਤੇ ਕੰਮ ਵਿੱਚ ਵਿਘਨ ਪਾਉਣ ਦੇ ਆਰੋਪ ਤਹਿਤ ਮਾਮਲਾ ਦਰਜ ਕੀਤਾ। ਦੇਖੋ ਪੂਰਾ ਮਾਮਲਾ। ਬੀਤੇ ਦਿਨ ਸੁਖਬੀਰ ਬਾਦਲ ਵੱਲੋਂ ਬਿਆਸ ਦਰਿਆ 'ਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਸੀ ਤੇ ਮੌਕੇ 'ਤੇ ਚੱਲ ਰਹੇ ਮਾਈਨਿੰਗ ਦੇ ਕੰਮ 'ਚ ਹਫੜਾ ਤਫੜੀ ਮੱਚ ਗਈ ਤੇ ਆਨੰਦ ਫਾਨਣ 'ਚ ਲੋਕ ਆਪਣੇ ਸੰਦ ਛੱਡ ਫਰਾਰ ਹੋ ਗਏ। ਹੁਣ ਮਾਈਨਿੰਗ ਦੇ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬਿਆਸ ਵਿੱਚ FIR ਦਰਜ ਕੀਤੀ ਗਈ ਹੈ ਤੇ ਸੁਖਬੀਰ ਬਾਦਲ ਤੇ ਇਲਜ਼ਾਮ ਹਨ ਕਿ ਉਹਨਾਂ ਵੱਲੋਂ ਚੱਲਦੇ ਕੰਮ 'ਚ ਵਿਘਨ ਪਾਇਆ ਗਿਆ, ਜਦਕਿ ਸੁਖਬੀਰ ਬਾਦਲ ਜਿਸ ਜਗ੍ਹਾ 'ਤੇ ਛਾਪੇਮਾਰੀ ਕਰਨ ਪਹੁੰਚੇ ਸਨ ਉਹ ਸਾਈਟ ਸਰਕਾਰ ਨੇ ਕਾਨੂੰਨੀ ਤੌਰ 'ਤੇ ਅਲਾਟ ਕੀਤੀ ਹੋਈ ਹੈ, ਜਿਸ ਦੇ ਚੱਲਦੇ ਠੇਕੇਦਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਬਾਦਲ ਅਤੇ ਉਸਦੇ ਵਰਕਰਾਂ ਖਿਲਾਫ਼ ਜ਼ਬਰੀ ਦਖਲ ਹੋਣ ਅਤੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਉੱਧਰ ਆਪਣੇ 'ਤੇ ਦਰਜ ਹੋਏ ਮਾਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕੈਪਟਨ ਸਾਹਿਬ ਨੂੰ ਲਲਕਾਰਦੇ ਨਜ਼ਰ ਆਏ ਨੇ। ਨਾਲ ਹੀ ਬਾਦਲ ਨੇ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਮਾਨ ਵੀ ਕੱਸ ਲਈ ਹੈ। ਤੁਸੀਂ ਦੇਖੋ ਜਿੰਨੇ ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਨਜ਼ਰ ਆਇਆ ਕਿ ਨਹੀਂ ਆਇਆ। ਕੈਪਟਨ ਦਾ ਭਜਾਲ ਕਰ ਦੂੰ ਮੈਂ ਹੁਣ ਵੀ ਇਹਦੇ ਬਸ ਸਿੱਧਾ ਚੱਲਿਆ। ਅੱਜ ਮੈਂ ਅਖਬਾਰ ਪੜ੍ਹਿਆ ਕਿਤੇ ਮੇਰੇ ਤੇ ਪਰਚਾ ਦੇਤਾ। ਭਾਵੇਂ ਕਿ ਵਿਧਾਨ ਸਭਾ ਚੋਣਾਂ 2022 ਨੂੰ ਹਾਲੇ 6 ਮਹੀਨੇ ਤੋਂ ਵੀ ਵੱਧ ਸਮਾਂ ਪਿਆ ਹੈ, ਪਰ ਸਿਆਸੀ ਅਖਾੜੇ ਪੂਰੀ ਤਰ੍ਹਾਂ ਪੱਕ ਚੁੱਕੇ ਨੇ। ਅਕਾਲੀ ਦਲ ਬਾਦਲ ਨੇ ਚੋਣਾਂ ਨੂੰ ਨਿਸ਼ਾਨਾ ਬਣਾ ਤਿਆਰੀਆਂ ਵੱਡੇ ਪੱਧਰ ਤੇ ਵਿੱਢ ਦਿੱਤੀਆਂ ਨੇ। ਸੁਖਬੀਰ ਬਾਦਲ ਨੇ ਵਰਕਰਾਂ ਜੋਸ਼ ਭਰਨ ਲਈ ਆਪਣੇ ਅੰਦਾਜ਼ 'ਚ ਕਿਹਾ ਕਿ ਹੁਣ ਬਿਸਤਰਾ ਗੱਡੀ ਵਿੱਚ ਹੀ ਰਹੇਗਾ ਤੇ ਆਉਣ ਵਾਲੇ 6 ਮਹੀਨੇ ਯਾਨੀ ਚੋਣਾਂ ਤੱਕ ਉਹ ਪੂਰੇ ਪੰਜਾਬ 'ਚ ਵੱਖ ਵੱਖ ਥਾਈਂ ਜਾ ਕੇ ਅਕਾਲੀ ਦਲ ਦੀ ਸੈਨਾ ਨੂੰ ਮਜ਼ਬੂਤ ਕਰਦੇ ਰਹਿਣਗੇ। ਇਸ ਕਰਕੇ ਤੁਸੀਂ ਲੰਬੀ ਵਾਲੇ ਤੁਸੀਂ ਜਾਣਦੇ ਹੋ। ਤੁਸੀਂ ਦੇਖੋ ਜਿੰਨੇ ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਨਜ਼ਰ ਆਇਆ ਕਿ ਨਹੀਂ ਆਇਆ। ਕਿਤੇ ਬਿਜਲੀ ਕੱਟ ਹੋਇਆ? ਜਿਹੜੀ ਅਗਲੀ ਗੱਲ ਕਹਿਣੀ ਸੀ ਮੈਂ ਕਹਿੰਦਾ ਨਹੀਂ, ਮੈਨੂੰ ਇੰਪ੍ਰੈਸ ਵਾਲੇ ਹੈਗੇ। ਦੇਖੋ ਫਰਕ ਹੁੰਦਾ ਆਪਣੇ ਦੇ ਪਰਾਏ 'ਚ, ਹੁਣ ਫਰਕ ਹੁੰਦਾ ਆਪਣੇ ਦੇ ਪਰਾਏ 'ਚ, ਆਹ ਫਰਕ ਹੁੰਦਾ। ਤੁਹਾਨੂੰ ਨਾ ਨਹਿਰੀ ਪਾਣੀ ਦੀ ਤੁਸੀਂ ਮਤਲਬ ਮੋਗੇ ਵੀ ਤੁਸੀਂ ਐਂ ਆਉਂਦੇ ਵੀ ਖੇਤਾਂ 'ਚ ਪਾਣੀ ਐਂ ਜਾਂਦਾ ਸੀ, ਮਤਲਬ ਬੰਦ ਲਾਉਣੇ ਪੈਂਦੇ ਸੀ ਤੇ ਖਾਲ ਨਵੇਂ। ਮੈਂ ਕਹਿੰਦਾ ਕੋਈ ਚੀਜ਼ ਛੱਡੀ ਨਹੀਂ ਯਾਰ, 4 ਸਾਲ 4.5 ਸਾਲ। ਇਸ ਕਰਕੇ ਹੁਣ ਇਕੱਲੇ ਰਹਿ ਗਏ 6 ਮਹੀਨੇ, ਔਖੇ ਸੌਖੇ ਟਪਾ ਲਓ। ਉਹਦੇ ਬਾਅਦ ਇੱਕ ਮੈਂ ਬੇਨਤੀ ਕਰਦਾ ਯਾਰ, ਲੜਾਈ ਤੁਸੀਂ ਤੁਹਾਨੂੰ ਲੜਨੀ ਪੈਣੀ ਹੈ।
ਲੰਬੀ ਆ ਲਓ ਮੇਰੀ ਲੜਾਈ ਜਕੈਨ ਕਿਉਂਕਿ ਤੁਹਾਨੂੰ ਪਤਾ ਹੈ ਕੈਪਟਨ ਦਾ ਭਜਾਲ ਕਰ ਦੂੰ ਮੈਂमैं हूं भी इन्हें बस का चलिया फाजल का मैं हूं ही चलिया फाजल का फिर जलालाबाद फिर गुरुवार साहब फिर मैं जलंधर हूं छे महीने तो मैं तो गड्डी च रख ले अपने पिस्तरे हूं तुसी घर घर तुसी जाना है। बीते दिन ब्यास च बादल वालों माइनिंग से की गई छापेमारी से बोलते हुए सुखबीर बादल ने कैप्टन अमरिंदर सिंह ललकारिया ते खुला चैलेंज किया कि परचा तो दे दिता गिरफ्तार करके दिखायो जेकर हिम्मत है तो हाथ लगाओ। दो दिन पहले मैं ब्यास नदी से मैं रेती वाले फड़े नहर ब्यास के विच बर्मा ला के कढ़ी जांदे रेता हाई कोर्ट ने ऑर्डर करते एनजीटी ने ऑर्डर करते कि तुम रेता कढ़ नहीं सकते बर्मा पाके नहर से क्योंकि कैप्टन को पैसा जाता है। तुम हैरान रह जाओगे मैं ट्रक वाले पूछे एक ट्रक वाले पूछे तो लेंदे किन्ने कहना 16,000 रुपया एक ट्रक मगर गुंडा टैक्स ले रहा। आ जाओ पी एस पी वाले अपने वीर आए अगर लीडर की ले लो आओ जी अगे आ जाओ इन्होंने गुलाब नहीं बागड़ी साहब को बेनती है कि समुची लीडरशिप को लेके अगे आ जा प्रधान साहब वालों स्वागत। आज मैं अखबार पढ़िया कि मेरे से परचा देता मैं क्या जे कैप्टन साहब हिम्मत है मैं हाथ ला के पढ़ के दिखाओ जे हिम्मत है तुम सोच रहे कि परचे दे के मैं क्या हूं तक कोई इन्हों की खट नहीं चलन दी आप ठग इन्ने वे ठग। सुखबीर बादल ने बसपा नाल गठजोड़ नूं सही करार दिंदे होए कहा कि इस वार तां बसपा भी नाल आ गई है ते हुण पंजाब दी कुर्सी किते नहीं जाण वाली भी अपने नाल जुड़ गई है। हुण तां मैं कहना सही मैं ते सब तो वधिया गठजोड़ मैं मेरे सियासत च होया ते श्रोमणी अकाली दल ते बीएसपी दा गठजोड़ असल गुरुआं दी सोच अच्छी गुरुआं दी सोच गरीब मजदूर सारे एक झंडे थले आ गए हुण प्रियंका गांधी राहुल गांधी नाल मुलाकात भी की है। हुण खबरां इह ने कि सिद्धू नूं पार्टी की सूबा प्रधानगी मिल सकती है। ज्यादा जानकारी लई रुख करदे आं मेरे सहयोगी गुरविंदर संधू दा। तुसी चकदे टीवी देख रहे हो मैं हाँ गुरविंदर। वड्डी खबर है लगातार कांग्रेस के घरेलू कलेश लगातार जारी है ते जेहे दे विच खबर है क्योंकि नवजोत सिंह सिद्धू दिल्ली डेरा लाई बैठे ने ते हाई कमान दे नाल मुलाकात कर चुके ने नवजोत सिंह सिद्धू। खबरां सामने आ रही ने कि नवजोत सिंह सिद्धू नूं वड्डा अहुदा देण दी तैयारी की जा रही है कांग्रेस दे विच उन्हां नूं कांग्रेस प्रधान बनाया जा सकता है अजिहियां खबरां सामने आ रही ने। दरअसल नवजोत सिंह सिद्धू पटियाला तो दिल्ली पहुंचे सीगे जिथे उन्हां राहुल गांधी प्रियंका गांधी दे नाल मुलाकात करनी सीगी ते प्रियंका गांधी दे नाल उन्हां दी मुलाकात हुंदी है। राहुल गांधी मुलाकात करन तो पहला पासा वट लैंदे ने एक ट्वीट जरिए राहुल गांधी कहंदे ने कि नवजोत सिंह सिद्धू दे नाल उन्हां दी कोई भी मीटिंग जिहड़ी है वह फिक्स नहीं हैगी जिस तों बाद दखल दिंदे ने प्रियंका गांधी ते राहुल गांधी दे नाल ते सोनिया गांधी दे नाल प्रियंका गांधी मीटिंग करदे ने। उस तों पहला नवजोत सिंह सिद्धू दे नाल प्रियंका गांधी दी लंबी मीटिंग चलदी है ते नवजोत सिंह सिद्धू प्रियंका गांधी दे नाल खुशनुमा अंदाज दे विच एक तस्वीर भी सांझी करदे ने ते ट्वीट करके कहंदे ने कि लंबी मीटिंग चली। सिद्धू दा अंदाज जिहा सीगा कि उस तों बाद उन्होंने सुखबीर बादल ते भी तंज कसिया सीगा जिस तों ये क्यास लगाए जा रहे थे कि पॉजिटिव मीटिंग हुई है। उस तो बाद प्रियंका गांधी राहुल गांधी ते सोनिया गांधी दे नाल मीटिंग करते हैं जिस तो बाद लंबे गहन चर्चा तो बाद प्रियंका गांधी दे दखल देन तो बाद नवजोत सिंह सिद्धू दे नाल राहुल गांधी की भी मुलाकात हुंदी है ते हुण खबरां निकल के सामने आ रही ने कि यह सारा प्लैन जिहड़ा सीगा वह नवजोत सिंह सिद्धू नूं कोई वड्डी जिम्मेवारी दित्ते जाण नूं लैके उलीकिया गया सीगा ते हुण नवजोत सिंह सिद्धू नूं कांग्रेस दे विच कांग्रेस प्रधान लगाया जा सकता है अजिहियां खबरां ने।
ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀਗੇ ਸਭ ਲਗਾਤਾਰ ਨਜ਼ਰਾਂ ਲੋਕਾਂ ਦੀਆਂ ਬਣੀਆਂ ਹੋਈਆਂ ਸੀਗੀਆਂ ਖਾਸ ਕਰਕੇ ਪੰਜਾਬੀਆਂ ਦੀਆਂ ਲੰਮੇ ਸਮੇਂ ਤੋਂ ਨਜ਼ਰਾਂ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਕਿਸ ਪਾਸੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਕੀ ਕਾਂਗਰਸ ਵਿੱਚ ਰਹਿੰਦੇ ਨੇ ਜਾਂ ਆਮ ਆਦਮੀ ਪਾਰਟੀ ਵਿੱਚ ਜਾਂਦੇ ਨੇ ਜਾਂ ਫਿਰ ਉਹ ਕੋਈ ਹੋਰ ਸਟੈਪ ਚੱਕਦੇ ਨੇ ਕਿਉਂਕਿ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਕੈਪਟਨ ਦੇ ਨਾਲ ਰੇੜਕਾ ਬਰਕਰਾਰ ਸੀਗਾ ਪਰ ਹੁਣ ਜਦੋਂ ਕਿਸੇ ਅਹੁਦੇ 'ਤੇ ਗੱਲਬਾਤ ਹੋ ਜਾਂਦੀ ਹੈ ਤਾਂ ਸੁਖਬੀਰ ਬਾਦਲ ਨਿਸ਼ਾਨਾ ਹੁੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਉੱਧਰ ਕੈਪਟਨ ਅਮਰਿੰਦਰ ਸਿੰਘ ਖਾਣੇ ਦੇ ਉੱਤੇ ਡਿਪਲੋਮੈਸੀ ਕਰਦੇ ਨੇ ਰਾਜਨੀਤੀ ਦਾ ਗਹਿਣ ਜਿਹੜਾ ਜਿਹੜੀ ਰਣਨੀਤੀ ਘੜਨੀ ਹੁੰਦੀ ਹੈ ਚੋਣਾਂ ਨੂੰ ਲੈ ਕੇ ਉਸ ਨੂੰ ਲੈ ਕੇ ਇੱਧਰ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਟੀਮ ਤਿਆਰ ਕਰਨ ਵਿੱਚ ਲੱਗੇ ਹੋਏ ਨੇ ਪਰ ਜੇਕਰ ਕਾਂਗਰਸ ਪ੍ਰਧਾਨ ਥਾਪ ਦਿੱਤਾ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਤਾਂ ਕੈਪਟਨ ਧੜਾ ਜਿਹੜਾ ਕਿ ਪਹਿਲਾਂ ਹੀ ਬਾਗੀ ਹੋਇਆ ਪਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਉਂਕਿ ਕੈਪਟਨ ਸਰਕਾਰ ਦੇ ਵਿੱਚ ਜ਼ਿਆਦਾਤਰ ਜਿਹੜੇ ਮੰਤਰੀ ਜਾਂ ਲੀਡਰ ਨੇ ਉਹ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਇੰਨੀ ਜਲਦੀ ਕੋਈ ਵੱਡੀ ਜ਼ਿੰਮੇਵਾਰੀ ਮਿਲੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਤਿੱਖੇ ਤੇਵਰ ਦਿਖਾਉਂਦੇ ਨਜ਼ਰ ਆਏ ਨੇ ਬਿਜਲੀ ਦੀ ਘਾਟ ਕਾਰਨ ਕੈਪਟਨ ਸਾਹਿਬ ਦੇ ਵੱਲੋਂ ਲੈ ਫੈਸਲਿਆਂ 'ਤੇ ਵਰਦੇ ਹੋਏ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਲਗਾਤਾਰ 9 ਟਵੀਟ ਕੀਤੇ ਗਏ ਨੇ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮ ਨਜ਼ਰ ਆ ਰਹੀ ਹੈ ਨਹੀਂ ਰੁਕ ਰਿਹਾ ਨਵਜੋਤ ਸਿੱਧੂ ਦਾ ਕੈਪਟਨ ਖਿਲਾਫ ਟਵੀਟ ਮੋਰਚਾ ਬਿਜਲੀ ਦੇ ਮਾਮਲੇ ਨੂੰ ਲੈ ਨਵਜੋਤ ਸਿੱਧੂ ਨੇ ਕੈਪਟਨ ਸਾਹਿਬ ਨੂੰ ਦਿਖਾਏ ਤਿੱਖੇ ਤੇਵਰ ਇੱਕ ਦੋ ਨਹੀਂ ਬਲਕਿ ਇਕੱਠੇ ਹੀ ਕੀਤੇ 9 ਟਵੀਟ ਜੀ ਹਾਂ ਬੇਸ਼ੱਕ ਇੱਕ ਪਾਸੇ ਖਬਰਾਂ ਇਹ ਆ ਰਹੀਆਂ ਨੇ ਕਿ ਜਲਦ ਕੈਪਟਨ ਸਿੱਧੂ ਵਿਵਾਦ ਖਤਮ ਹੋ ਸਕਦਾ ਸਿੱਧੂ ਨੂੰ ਹਾਈ ਕਮਾਨ ਦੇ ਵੱਲੋਂ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪਰ ਨਵਜੋਤ ਸਿੰਘ ਸਿੱਧੂ ਦੇ ਤੇਵਰ ਆਪਣੀ ਹੀ ਸਰਕਾਰ ਖਿਲਾਫ ਲਗਾਤਾਰ ਜਾਰੀ ਨੇ ਜ਼ਿਕਰ ਖਾਸ ਹੈ ਕਿ ਬੀਤੇ ਦਿਨਾਂ ਤੋਂ ਜਿੱਥੇ ਗਰਮੀ ਦਾ ਕਹਿਰ ਅਤੇ ਉੱਤੋਂ ਬਿਜਲੀ ਦੀ ਘਾਟ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਜਿਸ ਕਾਰਨ ਕੈਪਟਨ ਸਾਹਿਬ ਨੇ ਕਈ ਵੱਡੇ ਫੈਸਲੇ ਲਏ ਨੇ ਜੋ ਵਿਰੋਧੀਆਂ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਨੂੰ ਵੀ ਪਸੰਦ ਨਹੀਂ ਆਏ ਫਿਰ ਚਾਹੇ ਏਸੀ ਤੇ ਪਾਬੰਦੀ ਹੋਵੇ ਜਾਂ ਡਿਊਟੀ ਸਮਾਂ ਬਦਲਿਆ ਹੋਵੇ ਵੈਸੇ ਤਾਂ ਬੀਤੇ ਸਮੇਂ ਤੋਂ ਨਵਜੋਤ ਸਿੱਧੂ ਲਗਾਤਾਰ ਹੀ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਪਰ ਹੁਣ ਸਿੱਧੂ ਨੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਵੀ ਬੈਕ ਟੂ ਬੈਕ 9 ਟਵੀਟ ਕੀਤੇ ਨੇ ਸਿੱਧੂ ਨੇ ਮੁੜ ਕੈਪਟਨ ਸਰਕਾਰ ਤੇ ਤਿੱਖੇ ਸਵਾਲ ਖੜੇ ਕਰ ਦਿੱਤੇ ਨੇ ਬੀਤੇ ਦਿਨੀ ਕੈਪਟਨ ਸਾਹਿਬ ਦੇ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ 3 ਦਿਨਾਂ ਤੱਕ ਏਸੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ ਜਿਸ 'ਤੇ ਤੰਜ ਕੱਸਦਿਆਂ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ ਜੇਕਰ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰੇ ਤਾਂ ਸਰਕਾਰ ਨੂੰ ਅਜਿਹੇ ਫੈਸਲੇ ਲੈਣ ਦੀ ਲੋੜ ਹੀ ਨਾ ਪਵੇ ਸਿੱਧੂ ਨੇ ਨਾਲ ਹੀ ਨਿਸ਼ਾਨਾ ਪਿਛਲੀ ਬਾਦਲ ਸਰਕਾਰ ਅਤੇ ਦਿੱਲੀ ਸਰਕਾਰ 'ਤੇ ਵੀ ਸਾਧਿਆ ਸਿੱਧੂ ਕਹਿੰਦੇ ਨੇ ਕਿ ਪੰਜਾਬ ਪਹਿਲਾਂ ਹੀ 9,000 ਕਰੋੜ ਬਿਜਲੀ ਸਬਸਿਡੀ ਦਿੰਦਾ ਹੈ ਪਰ ਦਿੱਲੀ ਸਰਕਾਰ ਦੇ ਵੱਲੋਂ 1,699 ਕਰੋੜ ਦਿੱਤੀ ਜਾਂਦੀ ਹੈ ਪੰਜਾਬ ਦੇ ਲੋਕਾਂ ਦੀ ਬਿਹਤਰ ਸੇਵਾ ਲਈ ਅਸਲੀ ਪੰਜਾਬ ਮਾਡਲ ਚਾਹੀਦਾ ਹੈ ਨਕਲ ਵਾਲਾ ਮਾਡਲ ਨਹੀਂ ਸਿੱਧੂ ਦੇ ਵੱਲੋਂ ਕੀਤੇ 9 ਟਵੀਟ ਤੁਹਾਨੂੰ ਲੜੀਵਾਰ ਦਿਖਾਉਂਦੇ ਹਾਂ ਨਵਜੋਤ ਸਿੰਘ ਸਿੱਧੂ ਬੀਤੇ ਸਮੇਂ ਤੋਂ ਆਪਣੀ ਸਰਕਾਰ ਦੇ ਨਾਲ ਨਿਰਾਸ਼ ਚੱਲ ਰਹੇ ਨੇ ਹਾਲਾਂਕਿ ਹੁਣ ਕਈ ਦਿਨਾਂ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਹਾਈ ਕਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੁੜ ਤੋਂ ਸਰਕਾਰ ਦੇ ਵਿੱਚ ਸਰਗਰਮ ਹੋ ਸਕਦੇ ਨੇ ਪਰ ਨਵਜੋਤ ਸਿੰਘ ਸਿੱਧੂ ਆਪਣੇ ਟਵੀਟਾਂ ਰਾਹੀਂ ਜਿਸ ਢੰਗ ਦਾ ਰਵੱਈਆ ਦਿਖਾ ਰਹੇ ਨੇ ਉਹ ਕੁਝ ਸੰਕੇਤ ਹੋਰ ਹੀ ਦੇ ਰਿਹਾ ਤਾਂ ਦੂਜੇ ਪਾਸੇ ਬਿਜਲੀ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਕੈਪਟਨ ਸਾਹਿਬ ਦੇ ਘਰਾਉ ਦੀ ਤਿਆਰੀ ਖਿੱਚ ਲਈ ਹੈ ਭਗਵੰਤ ਮਾਨ ਨੇ ਕੈਪਟਨ ਸਾਹਿਬ ਨੂੰ ਬਿਜਲੀ ਸੰਕਟ ਲਈ ਜ਼ਿੰਮੇਵਾਰ ਦੱਸਦੇ ਹੋਏ ਸਿਸਮਾ ਫਾਰਮ ਦੇ ਘਰਾਉ ਦਾ ਐਲਾਨ ਕਰ ਦਿੱਤਾ ਨਹੀਂ ਹੋਰ ਕੀ ਕਹੀਏ ਜੀ ਫਿਰ ਉਹ ਗਾਲੋ ਗਾਲੀ ਹੋ ਜਾਈਏ ਹੱਥੋਂ ਪਾਈ ਕਰ ਲਈਏ ਤੁਸੀਂ ਕੀ ਚਾਹੁੰਦੇ
ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਪੈਦਾ ਹੋਏ ਤਾਜ਼ਾ ਹਾਲਾਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਘਿਰਦੇ ਜਾ ਰਹੇ ਨੇ। ਵਿਰੋਧੀ ਬਿਜਲੀ ਸੰਕਟ ਲਈ ਸਿੱਧੇ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਮੰਨ ਰਹੇ ਨੇ। ਇਸੇ ਲੜੀ ਵਿੱਚ ਆਮ ਆਦਮੀ ਪਾਰਟੀ ਨੇ ਬਿਜਲੀ ਮਹਿਕਮਾ ਸਾਂਭੀ ਬੈਠੇ ਕੈਪਟਨ ਨੂੰ ਘੇਰਨ ਦੀ ਤਿਆਰੀ ਵਿੱਢ ਲਈ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸੰਕਟ ਲਈ ਜ਼ਿੰਮੇਵਾਰ ਦੱਸਦੇ ਹੋਏ ਕੈਪਟਨ ਦੀ ਸਿਸਵਾ ਸਥਿਤ ਰਿਹਾਇਸ਼ ਨੂੰ ਘੇਰਨ ਦਾ ਐਲਾਨ ਕੀਤਾ ਹੈ। ਸੋ ਬਿਜਲੀ ਦਾ ਜਿਹੜਾ ਸੰਕਟ ਹੈ ਇਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਲੋਕ ਤਾਂ ਚਲੋ ਜਿੱਥੇ ਵੀ ਨਿਕਲਦੇ ਨੇ ਬਾਹਰ ਉਹਨਾਂ ਕੋਲ ਤਾਂ ਜਾਂ ਹਾਈਵੇ ਹੈ ਜਾਂ ਸੜਕ ਹੈ ਜਾਂ ਬਿਜਲੀ ਘਰ ਹੈ ਗ੍ਰਿੱਡ ਹੈ ਉਹ ਤਾਂ ਉੱਥੇ ਜਾ ਸਕਦੇ ਨੇ। ਪਰ ਅਸੀਂ ਐਲਾਨ ਕਰਦੇ ਹਾਂ ਤੁਹਾਡੇ ਥਰੂ ਕਿ ਕੱਲ੍ਹ ਨੂੰ ਬਿਜਲੀ ਮੰਤਰੀ ਕੌਣ ਹੈ ਸਾਡਾ? ਬਿਜਲੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ। ਅਸੀਂ ਉਹਦੇ ਘਰ ਮੂਹਰੇ ਸਿਸਮਾਂ ਦਾ ਘਰ ਜਿਹੜਾ ਉਹਦਾ ਘੇਰਾਂਗੇ। ਸਾਰੇ ਪੰਜਾਬ ਤੋਂ ਵਲੰਟੀਅਰ ਵਰਕਰ ਉਹਦੇ ਨਾਲ ਸਾਡੇ ਆਉਣਗੇ ਕਿਉਂਕਿ ਇਕੱਲੇ ਕਿਸੇ ਪੰਜਾਬ ਦੇ ਖਾਸ ਖਿੱਤੇ ਦੀ ਸਮੱਸਿਆ ਨਹੀਂ, ਇਹ ਸਾਰੇ ਪੰਜਾਬ ਦੀ ਸਮੱਸਿਆ, ਸ਼ਹਿਰਾਂ ਦੀ, ਪਿੰਡਾਂ ਦੀ, ਕਸਬਿਆਂ ਦੀ। ਸੋ ਇਹ ਬਿਜਲੀ ਸੰਕਟ ਜਿਹੜਾ ਪੰਜਾਬ ਦੇ ਵਿੱਚ ਆਇਆ ਨੈਸ਼ਨਲ ਨਿਊਜ਼ ਬਣ ਗਿਆ ਅੱਜ, ਜਦੋਂ ਕਿ ਸਾਡੇ ਕੋਲ ਭਾਂਖੜਾ ਡੈਮ ਹੈ, ਸਾਡੇ ਕੋਲ ਰਣਜੀਤ ਸਾਗਰ ਡੈਮ ਹੈ, ਮਤਲਬ ਸਾਡੇ ਕੋਲ ਥਰਮਲ ਪਲਾਂਟ ਆਪਣੇ। ਅਸੀਂ ਤਾਂ ਹੁਣ ਨੂੰ ਅੱਧੇ ਕੰਟਰੀ ਨੂੰ ਬਿਜਲੀ ਵੇਚਦੇ ਹੁੰਦੇ ਜੇ ਕਿਹਦੇ ਨੀਤੀਆਂ ਇਹਨਾਂ ਦੀਆਂ ਸਹੀ ਹੁੰਦੀਆਂ, ਅਤੇ ਉੱਤੋਂ ਮਹਿੰਗੀ ਇੰਨੀ ਹੈ ਬਿਜਲੀ। ਉਹ ਤਾਂ ਚਲੋ ਅਸੀਂ ਕਰਤਾ ਐਲਾਨ ਕਿ 300 ਯੂਨਿਟ ਹਰ ਘਰ ਨੂੰ ਮਾਫ ਹੋਊ ਪਰ ਮੰਥ, ਅਤੇ 600 ਯੂਨਿਟ ਹੋ ਗਿਆ, 2 ਮਹੀਨੇ ਬਾਅਦ ਬਿੱਲ ਆਉਂਦਾ ਹੈ। 600 ਤੋਂ ਉੱਪਰ ਜਿੰਨਾ ਵੀ ਬਿੱਲ ਆਇਆ, ਜਿੰਨੀ ਵੀ ਖਪਤ ਹੋਈ ਉਹਦਾ ਬਿੱਲ ਆਊਗਾ। ਸੋ ਇਹ ਜਦੋਂ ਅਸੀਂ ਐਲਾਨ ਕੀਤਾ ਉਦੋਂ ਦੇ ਲੱਗੇ ਪਏ ਨੇ। ਕਾਂਗਰਸ ਕਹਿੰਦੀ ਸਾਡਾ ਆਈਡੀਆ ਚੋਰੀ ਹੋ ਗਿਆ। 4.5 ਸਾਲ ਤਾਂ ਹੋ ਗਏ, ਹੁਣ ਤੁਹਾਡੇ ਆਈਡੀਆ ਕਿਹੜੇ ਰਹਿ ਗਏ? ਜੇ ਆਈਡੀਆ ਹੈਗਾ ਸੀ ਤਾਂ ਪਹਿਲਾਂ ਲਾਗੂ ਕਰ ਲੈਂਦੇ। ਆਈਡੀਆ ਹੈਗਾ ਸੀ ਰਾਜਸਥਾਨ 'ਚ ਕਰ ਲਓ, ਫਿਰ ਹੁਣ ਆਈਡੀਆ ਹੈਗਾ ਸੀ ਫਿਰ ਛੱਤੀਸਗੜ੍ਹ 'ਚ ਕਰ ਲਓ। ਸੋ ਕੋਈ ਆਈਡੀਆ ਨਹੀਂ ਇਹਨਾਂ ਦਾ। ਇਹ ਦਿੱਲੀ 'ਚ ਵੀ ਐਂ ਕਹਿੰਦੇ ਸੀ ਕੈਪਟਨ ਸਾਹਿਬ, ਜਦੋਂ ਦਿੱਲੀ ਗਏ ਸੀਗੇ ਪ੍ਰਚਾਰ ਕਰਨ ਵੋਟਾਂ 'ਚ, ਤਾਂ ਲੋਕਾਂ ਨੇ ਪੁੱਛਿਆ ਸੀ ਕਿ ਤੁਹਾਡੇ ਬਿਜਲੀ ਕੀ ਰੇਟ ਹੈ? ਕਹਿੰਦੇ 9 ਰੁਪਈਏ। ਉਹ ਕਹਿੰਦੇ ਫਿਰ ਤੁਸੀਂ ਜਾਓ ਇੱਥੋਂ, ਸਾਡੇ ਤਾਂ ਕੇਜਰੀਵਾਲ ਫ੍ਰੀ 'ਚ ਦੇਈ ਜਾਂਦਾ। ਤਾਂ ਫਿਰ 3 ਦਿਨ ਦਾ ਪ੍ਰੋਗਰਾਮ ਕੈਂਸਲ ਕਰਕੇ 1 ਦਿਨ 'ਚ ਹੀ ਵਾਪਸ ਮੁੜ ਆਈ ਸੀ। ਸੋ ਇਹ ਕੈਪਟਨ ਸਾਹਿਬ ਦਾ ਫੇਲੀਅਰ ਹੈ, ਉਹ ਆਪ ਐਸ਼ਾਂ ਕਰੀ ਜਾਂਦੇ ਆ। ਰਾਜੇ ਮੌਜਾਂ ਕਰਨ, ਹਾਕਮ ਮੌਜਾਂ ਕਰਨ ਅਤੇ ਲੋਕ ਭੁੱਖੇ ਮਰਨ, ਇਹ ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ। ਅਤੇ ਹੁਣ ਵੀ ਬਹੁਤੀ ਦੇਰ ਨਹੀਂ ਹੈਗੀ, ਚਲੋ ਕੋਈ ਨਹੀਂ, ਹਾਥੀ ਲੰਘ ਗਿਆ, ਪੂਛ ਰਹਿ ਗਈ, ਅਤੇ ਲੋਕ ਹੁਣ ਦੁਖੀ ਨੇ, ਲੋਕ ਤੀਜੇ ਬਦਲ ਵਾਸਤੇ ਦੇਖ ਰਹੇ ਨੇ। ਔਰ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਦਾ ਜਿਹੜਾ ਮਾਡਲ ਅਤੇ ਨਾਲ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ, ਵਾਅਦੇ ਨਹੀਂ ਇਹਨਾਂ ਵਾਂਗੂ, ਗਰੰਟੀਆਂ, ਅਤੇ ਉਹ ਦਿੱਲੀ ਦਾ ਜਿਹੜਾ ਮਾਡਲ ਹੈ ਉਹ ਲਾਗੂ ਹੋਊਗਾ। ਹਾਂ, ਪੰਜਾਬ ਦਾ ਮਾਡਲ ਦਿੱਲੀ ਤੋਂ ਵੀ ਬੈਟਰ ਹੋ ਜੂਗਾ, ਕਿਉਂਕਿ ਪੰਜਾਬ ਕੋਲ ਆਪਣੀ ਬਿਜਲੀ ਹੈ, ਪੰਜਾਬ ਕੋਲ ਆਪਣੇ ਸੋਰਸਿਸ ਨੇ, ਪੰਜਾਬ ਇੱਕ ਫੁੱਲ ਸਟੇਟ ਹੈ। ਦਿੱਲੀ ਦੇ ਵਿੱਚ ਤਾਂ ਉਹਨਾਂ ਨੂੰ ਕੰਮ ਵੀ ਨਹੀਂ ਕਰਨ ਦਿੰਦੇ ਬਹੁਤ ਸਾਰੀਆਂ ਚੀਜ਼ਾਂ, ਅਤੇ ਉਹਨਾਂ ਨੂੰ LG ਰੋਕ ਦਿੰਦਾ। ਸੋ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਹੈ, ਹੋਰ ਵੀ ਜ਼ਿਆਦਾ ਵੱਡਾ ਵਧੀਆ ਮਾਡਲ ਅਸੀਂ ਪੇਸ਼ ਕਰਾਂਗੇ ਇੱਥੇ। ਅਤੇ ਇਸ ਕੱਲ੍ਹ ਨੂੰ ਅਸੀਂ 11 ਵਜੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਜਾਣੇ ਜਾ ਕੇ ਕੈਪਟਨ ਸਾਹਿਬ ਨੂੰ ਦੱਸਾਂਗੇ ਕਿ ਥੋੜ੍ਹਾ ਜਿਹਾ ਬਾਹਰ ਨਿਕਲੋ, ਬਾਹਰ ਨਿਕਲ ਕੇ ਦੇਖੋ, ਲੋਕ 50 ਡਿਗਰੀ ਟੈਂਪਰੇਚਰ, 49 ਡਿਗਰੀ ਟੈਂਪਰੇਚਰ 'ਚ ਲੋਕ ਪੱਖੀਆਂ ਲੈ ਕੇ ਜਾਂ ਲੋਕ ਸੜਕਾਂ 'ਤੇ ਬੈਠੇ ਹੈ, ਅਤੇ ਰਾਤ ਨੂੰ ਵੀ ਲੋਕ ਸੌਂ ਨਹੀਂ ਸਕਦੇ, ਬੱਚੇ ਨਹੀਂ ਸੌਂ ਸਕਦੇ। ਇੱਕ ਪਾਸੇ ਕਹਿੰਦੇ ਹੋ ਕਰੋਨਾ ਹੈ ਅਤੇ ਤੁਸੀਂ ਘਰਾਂ 'ਚ ਰਹੋ, ਅਤੇ ਦੂਜੇ ਪਾਸੇ ਬਿਜਲੀ ਹੈ ਨਹੀਂ, ਘਰਾਂ 'ਚ ਕਿਵੇਂ ਰਹਿਣ? ਘਰਾਂ 'ਚ ਤੋਂ ਬਾਹਰ ਆਉਣਾ ਪਊਗਾ। ਤੁਹਾਨੂੰ ਦੱਸ ਦਈਏ ਕਿ ਬਿਜਲੀ ਸੰਕਟ 'ਤੇ ਜਿੱਥੇ ਵਿਰੋਧੀ ਕੈਪਟਨ ਸਰਕਾਰ ਤੋਂ ਔਖੇ ਨੇ, ਉੱਥੇ ਹੀ ਆਪਣਿਆਂ ਦਾ ਵੀ ਰੋਹ ਕੈਪਟਨ ਅਮਰਿੰਦਰ ਸਿੰਘ ਨੂੰ ਝੱਲਣਾ ਪੈ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ 'ਤੇ ਤੰਜ ਕੱਸਦੇ ਹੋਏ ਟਵੀਟ ਕਰ ਬਿਜਲੀ ਮਾਮਲੇ 'ਤੇ ਹਨੇਰੀ ਲਿਆ ਦਿੱਤੀ। ਹਾਲਾਂਕਿ ਭਗਵੰਤ ਮਾਨ ਨੇ ਇਸ 'ਤੇ ਬੜੇ ਸੌਫਟ ਸ਼ਬਦਾਂ ਵਿੱਚ ਸੰਭਲ ਸੰਭਲ ਕੇ ਜਵਾਬ ਦਿੱਤੇ, ਜਿਸ 'ਤੇ ਮੀਡੀਆ ਨੇ ਮਾਨ 'ਤੇ ਤੰਜ ਕੱਸਿਆ ਅਤੇ ਇਤਰਾਜ਼ ਜ਼ਾਹਿਰ ਕੀਤਾ, ਜਿਸ ਤੋਂ ਬਾਅਦ ਮਾਨ ਭੜਕ ਗਏ। ਦੇਖੋ ਕੀ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਕੋਲ ਕੋਈ ਪਲਾਨ ਹੈ ਇੱਦਾਂ ਦਾ ਕਿ ਉਹ ਐਗਰੀਮੈਂਟ ਜਿਹੜੇ ਰੱਦ ਹੋ ਸਕਦੇ ਨੇ ਅਤੇ ਪੰਜਾਬ 'ਚ ਜਿਹੜਾ ਬਿਜਲੀ ਦੇ ਜਿਹੜੇ ਰਿਫੋਰਮਸ ਆ ਸਕਦੇ ਨੇ ਅਤੇ ਅਸੀਂ ਦੇਸ਼ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਦੇ ਸਕਦੇ ਹਾਂ, ਤਾਂ ਫਿਰ ਉਹਨਾਂ ਨੂੰ ਪਾਵਰ ਮਿਨਿਸਟਰੀ ਮਿਲ ਰਹੀ ਸੀ ਤਾਂ ਉਹਨੂੰ ਲੈ ਲੈਣੀ ਚਾਹੀਦੀ। ਮੈਂ ਉਦੋਂ ਵੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮੰਤਰੀ ਰਹਿ ਕੇ ਪੰਜਾਬ ਦੇ ਵਿੱਚ ਇਹ ਸਭ ਤੋਂ ਵੱਡਾ ਦੁੱਖ ਹੈ ਕਿ ਇਸ ਦੁੱਖ ਦੀ ਰਗ ਨੂੰ, ਇਸ ਜ਼ਖਮ 'ਤੇ ਮੱਲਮ ਲਾਉਣੀ ਚਾਹੀਦੀ ਸੀ। ਅਤੇ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਉਹਨਾਂ ਦੇ ਆਪਦੇ ਘਰ ਦਾ ਬਿੱਲ ਵੀ ਜਿਹੜਾ ਕੋਈ ਬਕਾਇਆ ਪਿਆ, ਪਰ ਇਹ ਤਾਂ ਖੈਰ ਬਿਜਲੀ ਮਹਿਕਮਾ ਜੀ ਪ੍ਰਤੀਨਿਧੀ ਆਪ ਵੀ ਹੈ, ਤੋ ਇੱਕ ਆਪਕੀ ਰਿਸਪੋਂਸਿਬਿਲਿਟੀ ਵੀ ਹੈ ਕਿ ਅਗਰ ਆਪ ਬਿਜਲੀ ਕੇ ਮੁੱਦੇ ਪਰ ਸਵਾਲ ਉਠਾ ਰਹੇ ਹੋ ਤਾਂ ਪਹਿਲੇ ਆਪ ਆਪਣਾ ਬਿੱਲ ਕਲੀਅਰ ਕਰੇ। ਇੰਟਰਨੈਟ ਪੇ ਪੜਾ ਹੈ ਸਰ, ਹਮਾਰੇ ਪਾਸ ਬਿੱਲ ਆਪ ਕਹੇ ਤੋ ਮੈਂ ਦਿਖਾ ਦੇਤਾ ਹੂੰ, ਐਸਾ ਨਹੀਂ ਕਿ ਹਮ ਐਸੇ ਹੀ ਕੋਈ। ਮੈਂ ਸਮਝ ਗਿਆ, ਲੇਕਿਨ ਮੇਰੇ ਪਾਸ ਸੰਗਰੂਰ ਕਾ ਘਰ ਹੈ, ਉਹ ਰੈਂਟ ਪੇ ਹੈ, ਉਸਕਾ ਬਿੱਲ ਹਮ ਭਰ ਕੇ ਆਤੇ ਹੈ। ਔਰ ਇੱਕ ਮੇਰੇ ਪਾਸ ਸਰਕਾਰੀ ਘਰ ਹੈ ਦਿੱਲੀ ਮੇਂ, ਜੋ MPs ਕੋ ਮਿਲਤਾ ਹੈ,
उसका भी जितना बिल होता है एनडीएमसी के अंदर आता है, तो हम तो पे करते हैं, क्योंकि कल इलेक्शन लड़नी है तो सारा नो ड्यूज तो लेने पड़ते हैं सबसे, चाहे पार्लियामेंट की लाइब्रेरी की चार किताबें भी हो तो उससे भी नो ड्यू लेना पड़ता है, तो हम तो ऐसा कभी नहीं कर चाहेंगे। हाँ जी, देखो अगर कोई आम आदमी होंदा, कोई आम घर होंदा किसी पिंड च, इन्ना बिल तो हो नहीं देंगे, तो 20-25 हज़ार के मीटर पट लेंगे, मीटर पट के लै जाते हैं, तो वह कोई बेचारा ना गुआढ़ियों तो कोई मेहनत करके दो बल्ब जगा कोई कुंडी ला, पर बिल्कुल सही कहा तुम कि जनप्रतिनिधि जोड़े ने रोल मॉडल जोड़े ने उन्होंने आप एग्जाम्पल सैट करनी चाहिए दूजे कोई सुझाव देने। गालो गाली हो जाइए, हाथों पाई कर लिए, अक्सर ही देखा जाता कि जो सिद्धू चर्चा च आते हैं तो बिक्रम सिंह मजीठिया के वलों सिद्धू के खिलाफ व्यंगमई तीर छड़े जाते हैं। इस तहत कांग्रेस विच चल रहे घसमान से बोलद्या तंज कसद्या मजीठिया का कहना कि नवजोत सिंह सिद्धू नूं कुर्सी दे दवो, नहीं तो उसने कमले हो जाना। वो तो बौंदल गया उन्हें कुर्सी दे दियो, नहीं तो उन्हें कमले हो जाना। नवजोत सिद्धू नूं कुर्सी दे दियो, नहीं तो उन्हें कमले हो जाना। अजकल चर्चा चल रहे कांग्रेसी लीडर नवजोत सिंह सिद्धू ते शब्दी बार अपनी तिखी बयानबाजी लई जाने जांदे बिक्रम सिंह मजीठिया वालों कीता गया। वो तो बौंदल गया उन्हें कुर्सी दे दियो, नहीं तो उन्हें कमले हो जाना। एक पासे सिद्धू कांग्रेस हाईकमान नाल मीटिंगा कर रहे ने, तो दूजे पासे कैप्टन साहब ने बीते कल लंच रखिया सी, तां सुनो मजीठिया साहब दा कैप्टन दे लंच बाबत की कहना। ਆਹੀ ਤਾਂ ਰੌਲਾ ਜੀ, ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ, ਇਹਨਾਂ ਦਾ ਲੰਚ ਡਿਨਰ ਨਹੀਂ ਮੁੱਕਣ ਡਿਆ ਕਿ ਕਦੇ ਫਲਾਣੇ ਉਹ ਮੈਂ ਅੱਜ ਕੋਈ ਪਤਾ ਨਹੀਂ, ਅੱਜ ਜਿਹੜਾ ਅੱਜ ਜਿਨ੍ਹਾਂ ਨਾਲ ਮੀਟਿੰਗ ਹੋਈ ਆ ਸ਼ਾਮ ਤੱਕ ਪਤਾ ਲੱਗੇ ਕਿ ਫਲਾਣੇ ਇਸ ਮੁੰਡੇ ਇਹਦਾ ਵੀ ਮੁੰਡਾ ਰੱਖ ਲਓ, ਇਹਦੀ ਧੀ ਰੱਖ ਲਓ, ਇਹਦਾ ਰੱਖ ਲਓ, ਲੋਕ ਉੱਥੇ ਡੰਡੇ ਖਾਂਦੇ ਫਿਰਦੇ ਆ ਕਦੇ ਪਟਿਆਲੇ ਕਦੇ ਕਿਤੇ, ਔਰ ਵੇਖੋ ਇਹ ਹਾਲਾਤ ਬਣ ਕੇ। ਇਹ ਆਰਡਰ ਵੀ ਨਹੀਂ ਮੈਂ ਕਦੇ ਸੁਣਿਆ, ਮੋਹਾਲੀ ਪੁਲਿਸ ਨੇ ਇੱਕ ਨਵਾਂ ਆਰਡਰ ਕੱਢਤਾ ਹੈ ਡਰਦੇ ਮਾਰੇ ਲੋਕਾਂ ਤੋਂ, ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਉਹ ਜਿੱਥੇ ਜੰਗਲ 'ਚ ਰਹਿੰਦੇ ਆ ਫਾਰਮ ਹਾਊਸ 'ਤੇ ਇੱਕ ਸੜਕ ਹੈ ਜਿੱਥੇ ਇਕੱਲਾ VVIP ਲੋਕ ਜਾ ਸਕਦੇ, ਸਧਾਰਨ ਲੋਕ ਨਹੀਂ ਜਾ ਸਕਦੇ। ਕਦੇ ਇਹੋ ਜਿਹਾ ਤੁਗਲੀ ਕੋਈ ਫਰਮਾਨ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਇਹੋ ਜਿਹੀ ਸੜਕ ਇੱਕ ਤਿਆਰ ਹੋ ਗਈ ਆ, ਜੋ ਬਣੇ ਤਾਂ ਪੰਜਾਬ ਦੇ ਖਜ਼ਾਨੇ ਤੋਂ ਲੋਕਾਂ ਦੇ ਖਜ਼ਾਨੇ 'ਚੋਂ, ਮਗਰ ਉੱਥੇ ਸਧਾਰਨ ਬੰਦਾ ਨਹੀਂ ਜਾ ਸਕਦਾ, ਕੇਵਲ ਜਿਹੜੀ ਸਰਕਾਰ ਦੀ ਦੁਰਵਰਤੋਂ ਕਰ ਰਹੇ ਆ ਖਜ਼ਾਨੇ ਦੀ ਉਹ ਜਾ ਸਕਦਾ। ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਉਵੇਂ ਉਵੇਂ ਹੀ ਪੰਜਾਬ ਦੀ ਸਿਆਸਤ ਵੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ। ਸਿਆਸਤਦਾਨਾਂ ਦੇ ਇੱਕ ਦੂਜੇ ਤੇ ਬਾਹਰ ਪਲਟਵਾਰ ਲਗਾਤਾਰ ਤੇਜ਼ ਹੁੰਦੇ ਜਾ ਰਹੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ, ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।